हेलो हेलो प्रोग्राम शुरू करने तो पहला एक ताड़ी ता जो तो अनु पंजाबी समझ आ रही है वेरी गुड इस ऐतिहासिक फेस्टिवल मिंजर फेस्टिवल चंबा बहुत खुशी है दा हिस्सा बन के और असी सत्कार योगा मानयोग डिप्टी कमिश्नर श्री श्री विवेक पाटिया जी और मानयोग डायरेक्टर NZCC श्री सौभाग्य वर्धन सिंह जी बहुत बहुत सत्कार उन्होंने समुची टीम उन्होंने खूबसूरत एफर्ट लई तुहाडा सारयां दा प्रोग्राम नूं मानण आया दा बहुत बहुत सत्कार आज शुरू कर दे आज दिल मेरे दया वे दिल मेरे दया मैर मावे सिर मेरे दया वे सिर मेरे दया साइया ओ बाबा बुल्ले नू नचावे इश्क बुल्ले नू नचावे बाबा बुल्ले नू नचावे साईं बुल्ले नू नचावे यार ते नचना पैंदा ये इश्क बुल्ले नू नचावे बाबा बुल्ले नू नचावे साईं बुल्ले नू नचावे यार ते नचना पैंदा ये
ਤੇ ਨੱਚਣਾ ਹਾਏ ਸਾਹਮਣੇ ਹੋਵੇ ਯਾਰ ਤੇ ਨੱਚਣਾ ਤੇ ਨੱਚਣਾ ਨੀ ਨੱਚਣਾ ਇਸ਼ਕ ਮੀਰਾ ਨੂੰ ਨਚਾਵੇ ਮਾਈ ਮੀਰਾ ਨੂੰ ਨਚਾਵੇ ਮੇਰੀ ਬੇਬੇ ਨੂੰ ਨਚਾਵੇ ਯਾਰ ਤੇ ਨੱਚਣਾ ਪੈਂਦਾ ਏ ਸਾਹਮਣੇ ਹੋਵੇ ਯਾਰ ਤੇ ਨੱਚਣਾ ਹਾਏ ਨੱਚਣਾ ਪੈਂਦਾ ਯਾਰ ਦੀ ਖਾਤਰ ਨੱਚਣਾ ਪੈਂਦਾ ਨੀ ਜੱਚਣਾ ਪੈਂਦਾ ਨੀ ਜੱਚਣਾ ਪੈਂਦਾ ਜੱਚਣਾ ਪੈਂਦਾ ਖਸਮਾਂ ਖਾਤਰ ਜੱਚਣਾ ਪੈਂਦਾ ਯਾਰ ਤੇ ਨੱਚਣਾ ਪੈਂਦਾ ਏ ਸਾਹਮਣੇ ਹੋਵੇ ਯਾਰ ਤੇ ਨੱਚਣਾ ਯਾਰ ਦੇ ਵੇੜੇ ਨੱਚਿਆ ਨੀਓ ਵੇੜੇ ਨੱਚਿਆ ਨੀਓ ਵੇੜੇ ਨੀ ਇਸ਼ਕ ਬੁੱਲੇ ਤੇ ਵੇੜੇ ਵੜਿਆ ਅੰਦਰ ਭਾਂਬੜ ਮੱਚਿਆ ਇਸ਼ਕ ਦੇ ਘੁੰਗਰੂ ਪਾ ਕੇ ਵਾ ਬੁੱਲਾ ਯਾਰ ਦੇ ਵੇੜੇ ਨੱਚਿਆ ਨੀਓ ਨੱਚਿਆ ਨੀਓ ਗੱਲ ਹੋ ਜੇ ਵਸੋ ਬਾਹਰ ਰੱਬ ਦੇ ਪਿਆਰਿਆ ਕਿੰਨੀ ਸੋਹਣੀ ਲਾਈਨ ਹੈ ਗੱਲ ਹੋ ਜੇ ਵਸੋਂ ਬਾਹਰ ਤੇ ਨੱਚਣਾ ਪੈਂਦਾ ਹੈ ਗੱਲ ਵਸੋਂ ਬਾਹਰ ਸਿਆਣਿਆਂ ਤੋਂ ਪਤਾ ਲੱਗਦਾ ਹੈ ਕਿ ਗੱਲ ਵਸੋਂ ਬਾਹਰ ਦਾ ਮਤਲਬ ਹੈ ਬੋਲਦੇ ਨਾ ਕਿ ਮੇਰੀ ਬਾਤ ਬਸ ਸੇ ਬਾਹਰ ਹੈ ਕੁਛ ਵੀ ਹੋ ਸਕਦਾ ਹੈ ਜਦੋਂ ਉਸ ਯਾਰ ਵਾਲੇ ਪਾਸਿਓਂ ਗੱਲ ਬਸ ਚੋਂ ਬਾਹਰ ਹੁੰਦੀ ਹੈ ਉਹਨੂੰ ਬੋਲਦੇ ਹੈ ਅੰਗਰੇਜ਼ੀ 'ਚ ਕਹਿੰਦੇ ਆ ਅਨਕੰਡੀਸ਼ਨਲ ਲਵ ਅਨਕੰਡੀਸ਼ਨਲ ਲਵ ਉਹ ਹੈ ਜਿੱਥੇ ਇਹ ਸ਼ਰਤ ਇਹ ਹੈ ਕਿ ਮੈਨੂੰ ਨਹੀਂ ਕੁਛ ਚਾਹੀਦਾ ਬਸ ਯਾਰ ਕੋਲੋਂ ਯਾਰ ਚਾਹੀਦਾ ਹੈ ਨਾ ਮੈਂ ਤੇਰੇ ਕੋਲੋਂ ਇਹ ਕਹਾਂ ਕਿ ਮੈਂ ਵੀ ਮੈਨੂੰ ਨੌਕਰੀ ਲਾ ਦੇ ਜਾਂ ਮੈਨੂੰ ਪੇਪਰਾਂ 'ਚੋਂ ਪਾਸ ਕਰਾ ਦੇ ਜਾਂ ਮੈਨੂੰ ਬਾਹਰ ਦਾ ਵੀਜ਼ਾ ਲਵਾ ਦੇ ਜਾਂ ਸਾਡੇ ਘਰ ਬੇਟਾ ਨਹੀਂ ਹੈ ਬੇਟਾ ਦੇ ਦੇ ਇਹ ਵਪਾਰ ਹੈ ਇਹ ਪ੍ਰੇਮ ਨਹੀਂ ਹੈ ਜਿਹੜੀਆਂ ਯਾਰ ਕੋਲੋਂ ਯਾਰ ਮੰਗਦੀਆਂ ਉਹ ਧੀਆਂ ਪੁੱਤ ਨਹੀਂ ਮੰਗਦੀਆਂ ਉਹ ਮਹਿਲ ਮਾੜੀਆਂ ਵੱਡੀਆਂ ਕਾਰਾਂ ਨਹੀਂ ਮੰਗਦੀਆਂ ਉਹ ਤਾਂ ਇੱਕੋ ਹੀ ਹੈ ਬਸ ਵੇ ਮੈਂ ਜਿਹੜੇ ਪਾਸੇ ਵੇਖਾਂ ਮੈਨੂੰ ਤੂੰ ਦਿਸਦਾ ਉਹ ਬਾਤ ਆਉਂਦੀ ਤਾਂ ਗੱਲ ਹੋ ਜੇ ਹੁਣ ਜਿਹਦੀ ਗੱਲ ਵਸੋਂ ਬਾਹਰ ਹੋਈ ਵੀ ਆ ਹੁਣ ਅੰਦਾਜ਼ਾ ਲਾ ਕੇ ਦੇਖੋ ਹਾਲਤ ਕੀ ਹੋਊ ਉਹਦੀ ਉਹ ਰੱਬ ਦੀ ਸੁਹਾਗਣ ਗਾਉਂਦੀ ਹੋਊ ਨੀ ਭੈਣ ਮੇਰੀ ਹੈ ਉਹ ਕਹਿੰਦੀ ਹੋਊ ਮੇਰੀ ਮੰਗਣੀ ਹੋ ਗਈ ਨੀ ਸਖੀਓ ਸਤਿਗੁਰਾਂ ਦੇ ਵੇੜੇ
मेरी मंगनी हो गई नी सखियो सतगुरां दे वेड़े आ मेरी जंज भी आ गई नी मेरी जंज भी आ गई नी सखियो साधु संत बथेरे मेरी जंज भी आ गई नी सखियो साधु संत बथेरे गुरु पंडित बन गए ने ਤੁਹਾਡਾ ਬ੍ਰੇਕ ਵੀ ਨਾਲ ਹੀ ਹੈ ਜਦੋਂ ਇਹ ਰੁਕਦੇ ਆ ਉਦੋਂ ਤੁਸੀਂ ਵੀ ਰੁਕਣਾ ਗੁਰੂ ਪੰਡਿਤ ਬਣ ਗਏ ਨੇ ਗੁਰੂ ਪੰਡਿਤ ਬਣ ਗਏ ਨੇ ਸਖੀਓ ਦੇ ਤੇ ਨਾਮ ਨਾਲ ਫੇਰੇ ਮੇਰੀ ਮੰਗਣੀ ਹੋ ਗਈ ਨੀ ਸਖੀਓ ਸਤਗੁਰਾਂ ਦੇ ਹੋ ਗਈ ਨੀ ਸਖੀਓ ਸਤਗੁਰਾਂ ਦੇ ਵੇੜੇ ਮੇਰੀ ਮੰਗਣੀ ਹੋ ਗਈ ਨੀ ਸਖੀਓ ਸਤਗੁਰਾਂ ਦੇ ਗੱਲ ਹੋ ਜੇ ਵਸੋਂ ਬਾਰ ਹੋ ਜੇ ਵਸੋਂ ਬਾਰ ਤੇ ਨੱਚਣਾ ਪੈਂਦਾ ਏ ਸਾਹਮਣੇ ਹੋਵੇ ਯਾਰ ਤੇ ਨੱਚਣਾ ਡੰਗ 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 ਸਾਹਮਣੇ ਹੋਵੇ ਯਾਰ ਤੇ ਨੱਚਣਾ ਡੰਗ 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 ਸਾਹਮਣੇ ਹੋਵੇ ਯਾਰ ਤੇ ਨੱਚਣਾ ਡੰਗ 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 ਸਾਹਮਣੇ ਹੋਵੇ ਯਾਰ ਡੰਗ 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 ਵਾਹ ਵਾਹ ਵੇ ਮੌਜ ਫਕੀਰਾਂ ਦੀ ਵਾਹ ਵੇ ਮੌਜ ਫਕੀਰਾਂ ਦੀ ਵਾਹ ਵੇ ਮੌਜ ਫਕੀਰਾਂ ਦੀ ਵਾਹ 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 ਮੌਜ ਫਕੀਰਾਂ ਦੀ ਵਾਹ ਵਾਹ ਮੌਜ ਫਕੀਰਾਂ ਦੀ ਕਦੇ ਤਾਂ ਪਹਿਨਣ ਮਖਮਲ ਜ਼ਰੀਆਂ 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 ਕਦੇ ਗੋਦੜੀ ਲੀਰਾਂ ਦੀ ਵਾਹ ਵਾਹ ਮੌਜ ਫਕੀਰਾਂ ਦੀ ਵਾਹ ਵਾਹ ਮੌਜ ਫਕੀਰਾਂ ਦੇ ਫਕੀਰਾਂ ਦੇ ਓ ਸਾਧੂ ਭੁੱਖੇ ਸੌਂਦੇ ਕਦੇ ਤਾਂ ਸਾਧੂ ਏ ਭੁੱਖੇ ਸੌਂਦੇ ਭੁੱਖੇ ਸੌਂਦੇ ਕਦੇ ਤਾਂ ਸਾਧੂ ਅੱਜ ਸਾਧੂ ਨੱਚਣਗੇ ਬਾਬਾ ਉਹ ਭੈਣ ਮੇਰੀਏ ਅੱਜ ਸਾਧੂ ਨੱਚਣਗੇ ਇਹੀ ਸਾਧੂ ਹੈ ਅੱਜ ਕੇ ਸਮੇਂ ਮੈਂ ਬੋਲਤੇ ਹੈ ਯੇ ਬੱਚੇ इनको बच्चे इसलिए बोलते हैं क्योंकि ये बचे हुए हैं जो बचा हुआ है उन विकारों से बचा हुआ है वही बच्चा है बाकी सब कमर गरेवाल है गल हो जे वसों बार यार दियो ना जाना कोई रतन ता दियो बाबे ਗੱਲ ਹੋ ਜੇ ਵਸੋਂ ਵਾਰ ਜਦ ਅੱਖੀਆਂ ਹੋ ਜਾਣ ਚਾਰ ਇਹ ਅੱਖੀਆਂ ਹੋ ਜਾਣ ਚਾਰ ਤੇ ਨੱਚਣਾ ਪੈਂਦਾ ਏ ਸਾਹਮਣੇ ਹੋਵੇ ਯਾਰ ਤੇ ਨੱਚਣਾ ਹਏ ਸਾਹਮਣੇ ਹੋਵੇ ਯਾਰ ਹੋ ਹੋਵੇ ਯਾਰ ਤੇ ਨੱਚਣਾ ਆ ਗਿਆ ਯਾਰ ਆ ਗਿਆ ਯਾਰ ਆ ਗਿਆ ਯਾਰ ਨੀ ਮੇਰਾ ਯਾਰ ਨੀ ਆ ਗਿਆ ਯਾਰੋ
ਰਬਾ ਦਾ ਜ਼ਰਗਾ ਰੇ ਰੇ ਮਾਗਾ ਰੇ ਪਾਵਾਂਗਾ ਰੇ ਰੇ ਗਾ ਰੇ ਦਾ ਰਬਾ ਦਾ ਜ਼ਰਗਾ ਰੇ ਦਾ ਰੇ ਸਾਰਨੀ ਬਦਨੀ ਦਾ ਪਾ ਬਦ ਮਾਗਾ ਰੇ ਗਾ ਮਾਗਾ re re ga pa ga pa da pa da za ra ga re ga re ga ga re da re za oh eh ode ghar da kamal ja hai kade kade kut lena chahida hai ਕਈ ਚੀਜ਼ਾਂ ਦਾ ਪਤਾ ਉਸ ਕੰਮ ਦੇ ਵਿੱਚ ਪੈ ਕੇ ਲੱਗਦਾ ਹੈ, ਬਾਹਰ ਖੜਾ ਨੂੰ ਡਰ ਲੱਗਦਾ ਰਹਿੰਦਾ। ਸੋ ਉਹ ਟਾਸਰਾ ਉਸ ਮਾਲਕ ਦਾ, ਉਸ ਪਰਮਾਤਮਾ ਦਾ, ਭਾਵੇਂ ਉਹ ਕਿਸੇ ਨੂੰ ਗੁਰਦੁਆਰਿਓਂ ਦਿੰਦਾ, ਕਿਸੇ ਨੂੰ ਮੰਦਰ 'ਚੋਂ ਦਿੰਦਾ, ਕਿਸੇ ਨੂੰ ਮਸੀਤੋਂ ਦਿੰਦਾ, ਅਤੇ ਇਹਨਾਂ ਸਾਰਿਆਂ 'ਚੋਂ ਦੇਖ ਕੇ ਜਿਹਨੂੰ ਫਿਰ ਆਪਣੇ ਆਪ 'ਚੋਂ ਦਿੰਦਾ, ਇਹਨਾਂ ਲੋਕਾਂ 'ਚੋਂ ਦਿੰਦਾ, ਇਹ ਸੰਗਤ 'ਚੋਂ ਦਿੰਦਾ, ਤਾਂ ਬਸ ਉਹਨਾਂ ਦੀ ਗੱਲ ਬਣੀ ਪਈ ਹੈ। ਜਿੰਨੇ ਵੀ ਕਦਮ ਅੱਜ ਦੇ ਸਮਾਗਮ 'ਚ ਆਏ ਹੋ, ਮੇਰੇ ਲਈ ਸਾਰੇ ਸਤਿਕਾਰਯੋਗ ਹੋ। ਸਭ ਤੋਂ ਪਹਿਲਾਂ ਮੇਰੀਆਂ ਮਾਵਾਂ, ਬਹੁਤ ਪਿਆਰੀਆਂ ਮਾਵਾਂ ਸਾਡੀਆਂ, ਔਰ ਭੈਣਾਂ ਸਾਡੀਆਂ, ਸਾਡੀਆਂ ਧੀਆਂ, ਜਿਨ੍ਹਾਂ ਨੂੰ ਅਸੀਂ ਭਾਰਤੀ ਸੰਸਕ੍ਰਿਤੀ 'ਚ ਕਹਿੰਦੇ ਹਾਂ ਸਾਡੇ ਘਰ ਦੀਆਂ ਇੱਜ਼ਤਾਂ, ਔਰ ਬਹੁਤ ਸਤਿਕਾਰਯੋਗ ਕੁਝ ਸਾਡੇ ਬਜ਼ੁਰਗ ਬੈਠੇ ਆ ਜਿਹੜੇ 60 ਪਲੱਸ ਲਾ ਲਓ, ਔਰ ਇਹ ਮੇਰੇ ਵੀਰ ਦੋਸਤ ਸਾਰੇ ਆਫਿਸਰ ਲੋਕ ਜਿਨ੍ਹਾਂ ਨੂੰ ਮਾਲਕ ਨੇ ਉੱਚੇ ਅਹੁਦਿਆਂ 'ਤੇ ਨਿਵਾਜ਼ਿਆ, ਮੁਬਾਰਕਾਂ ਇਹਨਾਂ ਨੂੰ ਸਾਰਿਆਂ ਨੂੰ। ਆਪ ਸਭ ਦੇ ਅੰਦਰ ਵਾਸ ਕਰਦੀ ਉਸ ਪਰਮ ਸ਼ਕਤੀ ਨੂੰ ਮੇਰਾ ਕੋਟੀ ਕੋਟ ਪ੍ਰਣਾਮ। ਕਬੂਲ ਕਰਿਓ ਪੁਲਿਸ ਆਫਿਸਰ ਸਾਹਿਬਾਨ, ਸਾਡੇ ਭੈਣ ਭਰਾ ਸਾਰੇ, ਜਿੰਨੇ ਵੀ ਸੱਜਣ ਇਹ ਸ਼ੂਟ ਕਰਨ ਵਾਲੇ ਆ, ਵੀਡੀਓ ਵਾਲੇ, ਜਾਂ ਇਹ ਸਾਰਾ ਅਰੇਂਜਮੈਂਟ ਕਰਨ ਵਾਲੇ, ਜਿੰਨੇ ਵੀ ਸੱਜਣ ਹੋ, ਆਪ ਸਭ ਦੇ ਅੰਦਰ ਬਿਰਾਜਮਾਨ ਉਸ ਪਰਮ ਸ਼ਕਤੀ ਨੂੰ ਮੇਰਾ ਕੋਟੀ ਕੋਟ ਪ੍ਰਣਾਮ। ਕਬੂਲ ਕਰਿਓ ਬਹੁਤ ਬਹੁਤ ਆਦਰ ਔਰ ਸਤਿਕਾਰ ਤੁਹਾਡਾ ਸਾਰਿਆਂ ਦਾ ਇਸ ਮੇਲੇ ਦੀਆਂ, ਇਸ ਫੈਸਟੀਵਲ ਦੀਆਂ, ਤੁਹਾਨੂੰ ਬਹੁਤ ਮੁਬਾਰਕਾਂ। ਆ ਜਾਓ ਅਗਲਾ ਕਲਾਮ, ਨਾ ਜਾਈ ਮਸਤਾਂ ਦੇ ਵਿਹੜੇ ਨਹੀਂ ਮਸਤ ਬਣਾ ਦੇਣਗੇ ਬੀਬਾ। ਅਤੇ ਇੱਕ ਮੈਨੂੰ ਪਹਿਲੋਂ ਦੱਸ ਦਿਓ ਕਿ ਆਵਾਜ਼ ਸਮਝ ਆ ਰਹੀ ਹੈ ਸਾਰਿਆਂ ਨੂੰ, ਜੇ ਕੁਛ ਵੱਧ ਘੱਟ ਲੱਗ ਰਿਹਾ ਤਾਂ ਹੁਣ ਆ ਕੇ ਤੁਸੀਂ ਪਲੀਜ਼ ਦੱਸ ਦਿਓ, ਜੇ ਸਹੀ ਵੱਜ ਰਿਹਾ ਤਾਂ ਇੱਕ ਤਾੜੀ ਮਾਰ ਕੇ ਮੈਨੂੰ ਜ਼ਰੂਰ ਦੱਸ ਦਿਓ। ਬਹੁਤ ਇੱਥੇ ਕੁਛ ਇਹਦਾ ਥਰੋ ਬਹੁਤ ਜ਼ਿਆਦਾ ਹੈ, ਇੱਕ ਬੇਸ ਨਾ ਰਿਦਮ ਦਾ ਮੇਰੇ ਖਿਆਲ 'ਚ ਇਹਦਾ ਲੂਪ ਦਾ ਬੇਸ ਕੁਛ ਹੈ ਜਿਹੜਾ ਥੋੜ੍ਹਾ ਸ਼ਾਰਪ ਚਾਹੀਦਾ ਮੈਨੂੰ ਸਟੇਜ 'ਤੇ। ਇਸ ਸ਼ਹਿਰ ਦੀ ਆਬਾਦੀ 19,933 ਹੈ, ਬੰਦੇ ਵੱਧ ਲੱਗੀ ਜਾਂਦੇ ਹੋ, ਇਸ ਕਰਕੇ ਮੈਨੂੰ ਦੱਸੋ ਵੇਅਰ ਫਰੋਮ ਯੂ ਕਮਿੰਗ, ਗੱਲ ਕਲੀਅਰ ਕਰੋ, ਬੰਦੇ ਥੋੜ੍ਹੇ ਆ ਆਏ ਵਾਲੇ ਬੈਠੇ ਆ। ਰੱਬ ਦਾ ਬੰਦਾ ਜਿੱਥੇ ਵੀ ਬੈਠਾ ਉਹਦਾ ਹੀ ਬੈਠਾ ਹੈ। ਤਾਂ ਮੀਰਾ ਦੀ ਮਾਂ ਰੋਕਦੀ ਆ ਮੀਰਾ ਨੂੰ, ਬੇਸਿਕਲੀ ਉਹ ਕਹਿੰਦੀ ਆ ਨੀ ਧੀਏ ਨਾ ਜਾਈ ਇਹਨਾਂ ਮਸਤਾਂ ਦੇ ਵਿਹੜੇ, ਜਦੋਂ ਨਿੱਕੀ ਉਮਰੇ ਫਕੀਰਾਂ ਨਾਲ ਯਾਰੀ ਪੈ ਜੇ, ਉਸ ਰੱਬ ਦੇ ਦਰ ਘਰ ਦੇ ਬੰਦੇ ਉਹ ਚੰਗੇ ਲੱਗਣ ਲੱਗ ਜਾਣ ਤਾਂ ਫਿਰ ਘਰਦਿਆਂ ਨੂੰ ਫਿਕਰ ਹੋ ਜਾਂਦਾ ਹੈ ਸਾਡਾ ਮੁੰਡਾ ਜਾਂ ਸਾਡੀ ਕੁੜੀ ਕਿਤੇ ਸਾਹ ਦੀ ਨਾ ਬਣ ਜੇ। ਉਹਨਾਂ ਹਾਲਾਤਾਂ 'ਚੋਂ ਨਿਕਲਦੀ ਆ ਮੀਰਾ ਦੀ ਮਾਂ, ਜਦੋਂ ਉਹਨੂੰ ਆਂਢ ਗੁਆਂਢ ਵਾਲੇ ਕਹਿੰਦੇ ਆ ਕਿ ਭਾਈ ਬਾਬਾ ਰਵਿਦਾਸ ਜੀ ਕੋਲ ਜਾਂਦੀ ਆ ਮੀਰਾ, ਰੋਕ ਲੈ। ਤਾਂ ਉਸ ਵੇਲੇ ਫਿਰ ਜਦੋਂ ਮੀਰਾ ਅੱਗੋਂ ਬੋਲੀ ਨਾ, ਉਹਨੇ ਆਪਣੀ ਮਾਂ ਦੀ ਗੱਲ ਸੁਣ ਕੇ ਕੀ ਕਿਹਾ, ਇੱਕ ਫਕੀਰ ਨੇ ਕੀ ਬੋਲਿਆ, ਫਕੀਰਾਂ ਦੇ ਬੋਲਾਂ 'ਚ ਬੇਪਰਵਾਹੀ ਹੁੰਦੀ ਆ, ਲਾਪਰਵਾਹੀ ਨਹੀਂ ਹੁੰਦੀ, ਬੇਪਰਵਾਹ ਜੇ ਹੁੰਦੇ ਆ। ਤਾਂ ਕੀ ਬੋਲਦੀ ਆ ਮੀਰਾ ਬਾਤ ਨੂੰ ਸੁਣ ਕੇ, ਆ
ਸਾਜਣ ਦਾ ਨੀ ਡਾਡਾ ਏ ਧਰਵਾਸ ਸਜਣ ਦਾ ਤੁਰ ਪਈਆਂ ਨੀ ਹੁਣ ਯਾਰ ਦੇ ਘਰ ਨੂੰ ਨੀ ਮੈਂ ਛੱਡ ਨਹੀਂ ਸਕਦੀ ਨੀ ਉਹਦੇ ਦਰ ਨੂੰ ਆ ਦੁਨੀਆਂ ਆ ਦੁਨੀਆਂ ਪਈ ਖਸਮਾਂ ਨੂੰ ਖਾਵੇ ਨੀ ਆ ਦੁਨੀਆਂ ਪਈ ਖਸਮਾਂ ਨੂੰ ਖਾਵੇ ਉਹ ਮਸਤੀ ਮੈਂ ਫਿਰਦੀ ਨੀ ਮੇਰਾ ਤੁਣਕਾ ਯਾਰ ਵਜਾਵੇ ਉਹ ਮਸਤੀ ਮੈਂ ਫਿਰਦੀ ਰੂਹ ਅੱਲਾ ਅੱਲਾ ਗਾਵੇ ਕਹਿੰਦਾ ਜਦੋਂ ਗਾਉਣ ਲੱਗ ਗਈ ਨਾ ਉਹਦੇ ਨਾਮ ਦੇ ਗੀਤ ਉੱਥੇ ਮਸਲੇ ਆਉਂਦੇ ਆ ਫਿਰ ਦਿਲ ਲੱਗੀ ਦੇ ਖਾਨ ਸਾਹਿਬ ਦੀਆਂ ਲਾਈਨਾਂ ਉੱਥੇ ਚੇਤੇ ਆਉਂਦੀਆਂ ਉਹ ਪੜ੍ਹਦੇ ਹੁੰਦੇ ਸੀ ਕਿ ਤੁਮੇ ਦਿਲ ਲੱਗੀ ਤੁਮੇ ਦਿਲ ਲੱਗੀ ਭੂਲ ਜਾਨੀ ਪੜੇਗੀ ਹੈ ਰਾਮ ਤੁਮੇ ਦਿਲ ਲੱਗੀ ਭੂਲ ਜਾਨੀ ਪੜੇਗੀ ਮੁਹੱਬਤ ਕੀ ਰਾਹ ਹੂੰ ਮੈਂ ਆ ਕਰ ਤੋ ਦੇਖੋ ਤੜਪਨੇ ਪੇ ਮੇਰੇ ਨਾਮ ਫਿਰ ਤੁਮ ਹੱਸੋਗੇ ਹੈ ਰੇ ਤੜਪਨੇ ਪੇ ਮੇਰੇ ਨਾਮ ਫਿਰ ਤੁਮ ਹੱਸੋਗੇ ਕਭੀ ਦਿਲ ਉਸੀ ਸੇ ਲਗਾ ਕਰ ਤੋ ਦੇਖੋ ਕਭੀ ਦਿਲ ਉਸੀ ਸੇ ਲਗਾ ਕਰ ਤੋ ਦੇਖੋ ਪਈ ਖਸਮਾਂ ਨੂੰ ਖਾਵੇ ਉਹ ਮਸਤੀ ਮੈਂ ਫਿਰਦੀ ਔਰ ਜਿੰਨੇ ਸੀਨੀਅਰ ਸਿਟੀਜ਼ਨ ਬੈਠੇ ਹੋ ਜਾਂ ਖੜ੍ਹੇ ਹੋ ਇੱਕ ਗੱਲ ਪਹਿਲਾਂ ਕਲੀਅਰ ਕਰ ਲਈਏ ਜਿਹੜੇ ਆ ਵਿੱਚ ਚੀਕਾਂ ਅਤੇ ਸੀਟੀਆਂ ਮਾਰਦੇ ਹੈ ਇਹ ਕੇਵਲ ਉਹੀ ਬੰਦੇ ਆ ਜਿਨ੍ਹਾਂ ਦੇ ਹਜੇ ਵਿਆਹ ਨਹੀਂ ਹੋਏ ਕਿਤੇ ਇੱਦਾਂ ਨਾ ਹੋਵੇ ਤੁਸੀਂ ਮਾਇੰਡ ਕਰ ਜਾਓ ਇਹ ਛੜੇ ਆ ਬੇਸਿਕਲੀ ਸਾਰੇ ਹਜੇ ਉਹੀ ਆ ਉਹ ਬਾਪੂ ਵਾਲੀਆਂ ਬੇਪਰਵਾਹੀਆਂ ਹਜੇ ਹਜੇ ਕਹਿਤਾ ਨਾ ਮੰਮਾ ਚਾਹੀਏ ਤੋ ਮਿਲਤੇ ਹੈ ਹਾਂ ਯੂ ਆਰ ਦਾ ਵਨ ਆਫ ਦੈਮ ਔਰ ਸਡਨਲੀ ਮਾਈ ਇੰਗਲਿਸ਼ ਇਜ਼ ਫਿਨਿਸ਼ ਨਾਓ ਨੋ ਮੋਰ ਸੋਰੀ ਆ ਦੁਨੀਆਂ ਪਈ ਖਸਮਾਂ ਨੂੰ ਖਾਵੇ ਉਹ ਮਸਤੀ ਮੈਂ ਫਿਰਦੀ ਨੀ ਮੇਰਾ ਤੁਣਕਾ ਯਾਰ ਵਜਾਵੇ ਉਹ ਮਸਤੀ ਮੈਂ ਫਿਰਦੀ ਸੌ ਰੱਬ ਦੀ ਰਿਹਾ ਨਾ ਜਾਵੇ ਉਹ ਮਸਤੀ ਮੈਂ ਫਿਰਦੀ ਤੇ ਕਹਿੰਦੀ ਥੋੜੀ ਵਧਾ ਨੀ ਮਸਤ ਬਣਾ ਦੇਣ ਗਏ ਨੀ ਨੱਕ
ਨੱਚਣ ਲਾ ਦੇਣਗੇ ਮੈਂ ਤੁਹਾਡੀ ਨਾਲ ਨਾਲ ਤਾੜੀ ਜ਼ਰੂਰ ਮੰਗੂਗਾ ਪਲੀਜ਼ ਮਸਤ ਬਣਾ ਦੇਣਗੇ ਬੀਬਾ ਨੱਚਣ ਲਾ ਦੇਣਗੇ ਬੀਬਾ ਦੇਣਗੇ ਬੀਬਾ ਹਰ ਹੁਣਾ ਮਸਤ ਬਣਾ ਦੇਣਗੇ ਬੀਬਾ ਨੱਚਣ ਲਾ ਦੇਣਗੇ ਬੀਬਾ ਨਾ ਜਾਈ ਮਸਤਾਂ ਦੇ ਵੇੜੇ ਮਸਤ ਬਣਾ ਦੇਣਗੇ ਬੀਬਾ ਨਾ ਜਾਈ ਮਸਤਾਂ ਦੇ ਵੇੜੇ ਮਸਤ ਬਣਾ ਦੇਣਗੇ ਓ ਨਾ ਜਾਈ ਮਸਤਾਂ ਦੇ ਮਸਤ ਬਣਾ ਦੇਣਗੇ ਬੀਬਾ ਯਾਰੀ ਵਛੇੜ ਬਾਬਾ ਐਸੀ ਮਸਤਾਂ ਦੀ ਯਾਰੀ ਨੀ ਭੁੱਲ ਜਾਏਗੀ ਦੁਨੀਆਦਾਰੀ ਨੀ ਦੁਨੀਆਦਾਰੀ ਨੀ ਐਸੀ ਮਸਤਾਂ ਦੀ ਯਾਰੀ ਨੀ ਭੁੱਲ ਜਾਏਗੀ ਦੁਨੀਆਦਾਰੀ ਨੀ ਦੁਨੀਆਦਾਰੀ ਨੀ ਜਦੋਂ ਚੜ੍ਹ ਗਈ ਮਸਤੀ ਭਾਰੀ ਨੀ ਤੇਰੀ ਹਸਤੀ ਮਿਟ ਜਾਊ ਸਾਰੀ ਨੀ ਮਿਟ ਜਾਊ ਸਾਰੀ ਨੀ ਤੇਰੀ ਹਸਤੀ ਮਿਟ ਜਾਊ ਇਹਨਾਂ ਇੱਕੋ ਹੀ ਘੁੱਟ ਪਿਆਉਣੀ ਇੱਕੋ ਹੀ ਘੁੱਟ ਪਿਆਉਣੀ ਸਾਧ ਨੇ ਇੱਕੋ ਹੀ ਘੁੱਟ ਪਿਆਉਣੀ ਉਹ ਛੁੜਾ ਦੇਣਗੇ ਬੀਬਾ ਨਾ ਜਾਈ ਮਸਤਾਂ ਦੇ ਵੇੜੇ ਮਸਤ ਬਣਾ ਦੇਣਗੇ ਨਾ ਜਾਈ ਮਸਤਾਂ ਦੇ ਵੇੜੇ ਮਸਤ ਬਣਾ ਦੇਣਗੇ ਨਾ ਜਾਈ ਮਸਤਾਂ ਦੇ ਵੇੜੇ ਮਸਤ ਬਣਾ ਦੇਣਗੇ ਬੀਬਾ ਮਸਤਾਂ ਦੇ ਬਹਾਨੇ ਨੀ ਪੱਕੇ ਮਸਤਾਂ ਦੇ ਬਹਾਨੇ ਨੀ ਤੇਰੇ ਬਦਲ ਦੇਣਗੇ ਬਹਾਨੇ ਨੀ ਦੇਣਗੇ ਬਹਾਨੇ ਨੀ ਪੱਕੇ ਮਸਤਾਂ ਦੇ ਬਹਾਨੇ ਤੇਰੇ ਬਦਲ ਦੇਣਗੇ ਨੀ ਬਹਾਨੇ ਇੰਨਾ ਸੁਰ ਤੂੰ ਬੇਤੇ ਲਾਉਣੇ ਸੁਰ ਤੂੰ ਬੇਤੇ ਆਹ ਬੜੀ ਖੂਬਸੂਰਤ ਬਾਤ ਹੈ ਨੀ ਇਹਨਾਂ ਸੁਰ ਤੂੰ ਬੇਤੇ ਲਾਉਣੇ ਜਿਹੜੇ ਰੱਬ ਦੇ ਫਕੀਰ ਹੈ ਕੋਈ ਬਾਬੇ ਬੁੱਲੇ ਸ਼ਾਹ ਵਰਗੇ ਘੁੰਗਰੂ ਬੰਨ ਕੇ ਨੱਚਦੇ ਹੈ ਕਈ ਭਗਵਾਨ ਕ੍ਰਿਸ਼ਨ ਦੀਆਂ ਬਾਂਸੁਰੀਆਂ 'ਤੇ ਨੱਚਦੇ ਹੈ ਕੋਈ ਸ਼ੰਕਰ ਜੀ ਦੇ ਡਮਰੂ 'ਤੇ ਨੱਚਦਾ ਹੈ ਕੋਈ ਮੀਰਾ ਵਰਗੀ ਮਸਤਾਨੜੀ ਤੂੰਬੇ ਦੀਆਂ ਤਾਰਾਂ 'ਤੇ ਕੋਈ ਇੱਧਰਲੇ ਘਰ ਦਾ ਬਾਬੇ ਦੀਪ ਸਿੰਘ ਵਰਗਾ ਖੰਡੇ ਦੀਆਂ ਧਾਰਾਂ 'ਤੇ ਨੱਚਦਾ ਸਾਰੇ ਹੀ ਨੱਚਦੇ ਹੈ ਸਾਰੇ ਹੀ ਨੱਚਦੇ ਆ ਔਰ ਜਦੋਂ ਤੂੰਬੇ ਦੀ ਗੱਲ ਆਉਂਦੀ ਹੈ ਤਾਂ ਸਾਡੀਆਂ ਬੀਬੀਆਂ ਭੈਣਾਂ ਇੱਕ ਵਿਆਹਾਂ 'ਚ ਬੋਲੀ ਪੈਂਦੀ ਹੈ ਕਿ ਤੂੰਬਾ ਮੇਰੀ ਜਾਨ ਕੁੜੇ ਹਾਏ ਤੂੰਬਾ ਨੀ ਇਹ ਤੂੰਬਾ ਬੜਾ ਸ਼ੈਤਾਨ ਕੁੜੇ ਹਾਏ ਤੂੰਬਾ ਚੰਬੇ ਵਾਲਿਓ ਜਦੋਂ ਬੋਲੀ ਪੈਂਦੀ ਹੈ ਛੜਿਆਂ ਨੂੰ ਕਹਿੰਦਾ ਕਿਉਂਕਿ ਇਹ ਬੋਲੀਆਂ ਤੁਹਾਡੇ ਵਿਆਹਾਂ 'ਤੇ ਪੈਣੀਆਂ ਜਦੋਂ ਤੁਹਾਡੇ ਹੋਣਗੇ ਇਹ ਤੂੰਬਾ ਮੇਰੀ ਜਾਨ ਕੁੜੇ ਬੋਲੀ ਸ਼ੁਰੂ ਹੁੰਦੀ ਆ ਪਤਾ ਕਿਵੇਂ ਪਹਿਲਾਂ ਚੁੰਨੀ ਕੇ ਪੱਲੂ ਸੇ ਐਸੇ ਢਕ ਲੈਤੀ ਹੈ ਔਰ ਬੋਲੀ ਸ਼ੁਰੂ ਹੁੰਦੀ ਹੈ ਲੈ ਮਜ਼ਾ ਤੂੰਬਾ ਮੇਰੀ ਜਾਨ ਕੁੜੇ ਬੜਾ
ਸ਼ੈਤਾਨ ਕੁੜੇ, ਤੂੰ ਬਾਬੜਾ ਸ਼ੈਤਾਨ ਕੁੜੇ, ਤੂੰ ਬਾ ਤੂੰ ਤੂੰ ਕਰਦਾ ਨੀ, ਇਹ ਤੂੰ ਬਾ ਤੂੰ ਤੂੰ ਕਰਦਾ ਨੀ, ਇਹ ਦਮ ਸਾਈਆਂ ਦਾ ਭਰਦਾ ਨੀ, ਇਹ ਤੂੰ ਬਾ ਤੂੰ ਤੂੰ ਕਰਦਾ ਨੀ, ਇਹ ਦਮ ਸਾਈਆਂ ਦਾ ਭਰਦਾ ਨੀ, ਸੁਣ ਜੀ ਨੱਚਣ ਨੂੰ ਕਰਦਾ ਨੀ, ਜੀ ਨੱਚਣ ਨੂੰ ਕਰਦਾ ਨੀ, ਮੈਂ ਕਾਹਦਾ ਰੱਖ ਲਾਂ ਪਰਦਾ ਨੀ, ਮੈਂ ਕਾਹਦਾ ਰੱਖ ਲਾਂ ਪਰਦਾ ਨੀ, ਮੈਂ ਕਾਹਦਾ ਰੱਖ ਲਾਂ। ਇਹ ਮੇਰੀ ਬੇਬੇ ਦਾ ਸਾਜ, ਇਹ ਮੇਰੀ ਬੇਬੇ ਦਾ ਸਾਜ, ਮਾਈ ਮੀਰਾ ਦਾ ਸਾਜ ਸਮਾਨ ਕੁੜੇ, ਇਹ ਤੂੰਬਾ ਮੇਰੀ ਜਾਨ ਕੁੜੇ, ਨੀ ਇਹ ਤੂੰਬਾ ਬੜਾ ਸ਼ਤਾਨ ਕੁੜੇ, ਇਹ ਤੂੰਬਾ ਮੇਰੀ ਜਾਨ ਕੁੜੇ, ਇਹ ਤੂੰਬਾ ਪੱਕੇ ਮਸਤਾਂ ਦੇ ਭਾਣੇ ਨੀ, ਤੇਰੇ ਬਦਲ ਦੇਣਗੇ ਭਾਣੇ ਨੀ, ਦੇਣਗੇ ਭਾਣੇ ਨੀ, ਇਹਨਾਂ ਸੁਰ ਤੂੰਬੇ ਤੇ ਲਾਉਣੇ ਨੀ, ਭਜਣ ਸਾਈਆਂ ਦੇ ਗਾਉਣੇ ਨੀ, ਭਜਣ ਸਾਈਆਂ ਦੇ ਨਾਲ ਭਜਣ ਸਾਈਆਂ ਦੇ, ਮੁੜਨਾ ਲੱਥਣੇ ਐਸੇ ਰੰਗ ਚੜਾ ਦੇਣਗੇ ਬੀਬਾ, ਮੁੜਨਾ ਲੱਥਣੇ ਐਸੇ ਰੰਗ ਚੜਾ ਦੇਣਗੇ ਬੀਬਾ, ਮੁੜਨਾ ਲੱਥਣੇ ਐਸੇ ਰੰਗ ਚੜਾ ਦੇਣਗੇ ਬੀਬਾ। ਔਰ ਰੰਗ ਚੜਾਉਣ ਵਾਲੇ ਨਾ ਉਹ ਸਾਡੇ ਗੁਰੂ ਸਾਡੇ ਟੀਚਰ ਕਿਹੋ ਜਿਹੇ ਆ ਜਿਹੜੇ ਰੰਗ ਚੜਾਉਂਦੇ ਆ, ਉਹਨਾਂ 'ਚੋਂ ਇੱਕ ਹੈ ਸਾਡਾ ਬਾਬਾ, ਆਪਣਾ ਸਾਰਿਆਂ ਦਾ ਬਾਬਾ, ਬਾਬਾ ਨਾਨਕ। ਆ ਗੁਰਪੁਰਬ ਆ ਰਿਹਾ, ਦੁਨੀਆ ਭਰ ਨੂੰ ਚਾਹ ਹੈ, ਤਾਂ ਬਾਬੇ ਹੋਰਾਂ ਦੀ ਇੱਕ ਬਾਤ ਹੈ, ਉਹ ਕਹਿੰਦੇ ਉੱਠ ਕੇ ਬੰਦਿਆ ਨਾਮ ਧਿਆ ਲੈ, ਉੱਠ ਕੇ ਬੰਦਿਆ ਨਾਮ ਧਿਆ ਲੈ, ਨਾਲ ਗੁਰੂ ਦੇ ਪ੍ਰੀਤਾ ਪਾ ਲੈ, ਉੱਠ ਕੇ ਬੰਦਿਆ ਨਾਮ ਧਿਆ ਲੈ, ਨਾਲ ਗੁਰੂ ਦੇ ਪ੍ਰੀਤਾ ਪਾ ਲੈ, ਉਹ ਗੁਰੂ ਕਰਦਾ ਗੁਰੂ ਕਰਦਾ ਗੁਰੂ ਕਰਦਾ ਗੁਰੂ ਕਰਦਾ ਗੁਰੂ ਕਰਦਾ, ਸਪੀਕਰ ਬੋਲੇ ਤੱਕੜੀ ਨਾਨਕ ਦੀ ਤੇਰਾ ਤੇਰਾ ਤੋਲੇ, 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 ਰਾਜੇ ਕੋਲੋਂ ਵਿਛੜੀ ਵਰਾਣੀ, ਰਾਜੇ ਕੋਲੋਂ ਵਿਛੜੀ ਰਾਣੀ, ਤਾਈਓ ਉਲਝੀ ਪਈ ਆਵੇ ਤਾਣੀ ਪਈ ਆਵੇ, ਰਾਜੇ ਕੋਲੋਂ ਵਿਛੜੀ ਰਾਣੀ, ਤਾਈਓ ਉਲਝੀ ਪਈ ਆਵੇ ਤਾਣੀ, ਪੜ੍ਹ ਕੇ ਵੇਖ ਕਦੇ ਗੁਰਬਾਣੀ, ਪੜ੍ਹ ਕੇ ਵੇਖ ਕਦੇ ਗੁਰਬਾਣੀ, ਮਨੂਆ ਕਦੇ ਨਾ ਡੋਲੇ ਤੱਕੜੀ ਨਾਨਕ ਦੀ ਤੇਰਾ 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 ਤੋਲੇ, ਤੱਕੜੀ ਨਾਨਕ ਦੀ ਤੱਕੜੀ ਨਾਨਕ ਦੀ ਤੱਕੜੀ ਨਾਨਕ ਦੀ ਤੱਕੜੀ ਨਾਨਕ ਦੀ। ਬੰਦਿਆ ਕਰਮ ਕਮਾਉਣਾ ਸਿੱਖ ਲੈ, ਬੰਦਿਆ ਕਰਮ ਕਮਾਉਣਾ ਸਿੱਖ ਲੈ, ਤੂੰ ਰਜ਼ਾ ਉਹਦੀ ਵਿੱਚ ਜਿਉਣਾ ਸਿੱਖ ਲੈ। ਆ ਜਿਹੜੀਆਂ ਦੋ ਲਾਈਨਾਂ ਹੈ, ਬੰਦਿਆ ਕਰਮ ਕਮਾਉਣਾ ਸਿੱਖ ਲੈ, ਰਜ਼ਾ ਉਹਦੀ ਵਿੱਚ ਜਿਉਣਾ, ਇਹੀ ਤਾਂ ਗੇਮ ਹੈ ਹਜ਼ੂਰ। ਜੇ ਇਹ ਦੋ ਟਰਮਾਂ ਸਾਡੇ ਸਿਸਟਮ 'ਚ ਆ ਗਈਆਂ, ਇੱਕ ਸਬਰ ਆ ਗਿਆ ਅਤੇ ਇੱਕ ਸ਼ੁਕਰ ਆ ਗਿਆ, ਫਿਰ ਤਾਂ ਗੱਲ ਬਣ ਗਈ। ਪਰ ਪ੍ਰੋਬਲਮ ਇਹ ਹੈ ਕਿ ਜਦੋਂ ਮੇਰੇ ਵਰਗੇ ਦਾ ਕੋਈ ਗੀਤ ਚੱਲਦਾ ਹੈ, ਉਹ ਤੋਂ ਬਾਅਦ ਅੰਦਰ ਉਹ ਥੋਟ ਪ੍ਰੋਸੈਸ ਚੱਲ ਪਿਆ ਕਿ ਹੁਣ ਮੂਵੀ ਕਰੀਏ, ਹੁਣ ਆਪਣੀ ਆਡੀਅੰਸ ਥੋੜ੍ਹੀ ਹੋਰ ਵਾਈਡ ਕਰੀਏ। ਇਹੀ ਆ ਬੰਦਾ, ਇਹੀ ਆ ਬੰਦਾ। ਅੱਜ ਛੋਟੀ ਕੁਰਸੀ ਹੈ, ਥੋੜ੍ਹੀ ਜਿਹੀ ਵੱਡੀ ਮਿਲ ਜੇ ਗੱਲ ਬਣ ਜੇ, ਉਹ ਵੀ ਮਿਲ ਗਈ, ਫਿਰ ਲੱਗਦਾ ਹੁੰਦਾ ਹੁਣ ਹੋਰ ਥੋੜ੍ਹੀ ਜਿਹੀ ਵੱਡੀ ਮਿਲੇ। ਤਾਂ ਇਹੀ ਆ ਬੰਦਾ, ਇਹੀ ਆ ਬੰਦਾ।
ਔਰ ਇਹੀ ਕੁਛ ਕਰਦਿਆਂ ਦੀ ਉਮਰ ਲੰਘ ਜਾਂਦੀ ਹੈ, ਪਤਾ ਉਦੋਂ ਲੱਗਦਾ ਹੈ ਜਦੋਂ ਜਿਹਨੂੰ ਇਸ ਤਨ ਦੇ ਜਿਉਂਦਿਆਂ ਜਿਉਂਦਿਆਂ ਇਹ ਬਾਤ ਸਮਝ ਆ ਗਈ ਕਿ ਗੱਲ ਤਾਂ ਇਹੀ ਆ ਵੀ ਉਹ ਗਾਣਾ ਨਹੀਂ ਪਿੱਛੇ ਜਾਇਆ, ਆਪਣਾ ਟਾਈਮ ਆਏਗਾ। ਇਹ ਬੜੀ ਖਤਰਨਾਕ ਲਾਈਨ ਹੈ, ਆਪਣਾ ਟਾਈਮ ਆਏਗਾ, ਕਈ ਵਾਰੀ ਨਹੀਂ ਆਉਂਦਾ ਕਿਉਂਕਿ ਟਾਈਮ ਮੇਰੇ ਲਿਆਉਣ ਨਾਲ ਨਹੀਂ ਆਉਣਾ, ਟਾਈਮ ਉਹਦੇ ਭੇਜਣ ਨਾਲ ਆਉਣਾ ਹੈ। ਮਿਹਨਤ ਮੇਰੀ ਹੈ ਫਲ ਉਹਦਾ ਹੈ, ਮਿਹਨਤ ਤੇਰੀ ਹੈ ਪਰ ਫਲ ਉਹਦਾ ਹੈ, ਉਹ ਲਾਵੇ ਜਾਂ ਨਾ ਲਾਵੇ। ਇਸ ਕਰਕੇ ਸਬਰ ਤੇ ਸ਼ੁਕਰ ਹੀ ਹੈ, ਜਿਨ੍ਹਾਂ ਜਿਨ੍ਹਾਂ ਨੇ ਕਰ ਲਿਆ ਉਹ ਬਚ ਗਏ, ਨਹੀਂ ਬਾਕੀ ਸਾਰੀ ਦੁਨੀਆ ਮੇਰੇ ਵਾਂਗੂ ਡਿਪਰੈਸ਼ਨ ਦੀਆਂ ਗੋਲੀਆਂ ਖਾਂਦੀ ਹੈ, ਸਾਰੀ ਦੁਨੀਆ ਵੀ ਰਾਤ ਨੂੰ ਨੀਂਦ ਆ ਜਾਏ। ਬੰਦਿਆ ਕਰਮ ਕਮਾਉਣਾ ਸਿੱਖ ਲੈ, ਰਜ਼ਾ ਉਹਦੀ ਵਿੱਚ ਜਿਉਣਾ ਸਿੱਖ ਲੈ, ਬੰਦਿਆ ਕਰਮ ਕਮਾਉਣਾ ਸਿੱਖ ਲੈ, ਰਜ਼ਾ ਉਹਦੀ ਵਿੱਚ ਜਿਉਣਾ। ਵਾਹਿਗੁਰੂ ਵਾਹਿਗੁਰੂ ਗਾਉਣਾ ਸਿੱਖ, ਰਾਧੇ ਰਾਧੇ ਗਾਉਣਾ ਸਿੱਖ, ਓਮ 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 ਗਾਉਣਾ ਸਿੱਖ, ਅੱਲਾ ਅੱਲਾ ਗਾਉਣਾ ਸਿੱਖ ਲੈ, ਠੰਡੇ ਦਿੰਦਾ ਝੋਲੇ ਤੱਕੜੀ ਨਾਨਕ ਦੀ, ਮੇਰਾ ਤੇਰਾ 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 ਧੋਲੇ ਤੱਕੜੀ ਨਾਨਕ ਦੀ, ਤੇਰਾ ਤੇਰਾ ਧੋਲੇ ਤੱਕੜੀ ਨਾਨਕ ਦੀ, ਤੇਰਾ ਤੇਰਾ ਤੱਕੜੀ ਨਾਨਕ ਦੀ, ਤੱਕੜੀ ਨਾਨਕ ਦੀ, ਤੱਕੜੀ ਨਾਨਕ ਦੀ। ਮੁੜਨਾ ਲੱਥਣੇ ਐਸੇ ਰੰਗ ਚੜਾ ਦੇਣਗੇ ਬੀਬਾ, ਮੁੜਨਾ ਲੱਥਣੇ ਐਸੇ ਰੰਗ ਚੜਾ ਦੇਣਗੇ ਬੀਬਾ, ਨਾ ਜਾਈ ਮਸਤਾਂ ਦੇ ਵਿਹੜੇ ਮਸਤ ਬਣਾ ਦੇਣਗੇ, ਨਾ ਜਾਈ ਮਸਤਾਂ ਦੇ ਵਿਹੜੇ ਮਸਤ ਬਣਾ ਦੇਣਗੇ, ਨਾ ਜਾਈ ਮਸਤਾਂ ਦੇ ਵਿਹੜੇ, ਨਾ ਜਾਈ ਮਸਤਾਂ ਦੇ ਵਿਹੜੇ, ਨਾ ਜਾਈ ਮਸਤਾਂ ਦੇ ਵਿਹੜੇ ਮਸਤ ਬਣਾ ਦੇਣਗੇ। ਉਹ ਜੋਗੀਆਂ ਵੇ ਜੋਗੀਆਂ ਵੇ ਜੋਗੀਆਂ, ਓ ਲੱਥਣੇ ਐਸੇ ਰੰਗ ਚੜਾ ਦੇਣਗੇ ਬੀਬਾ। ਪਰ ਇੰਨੀ ਗੱਲ ਯਾਦ ਰੱਖਿਓ, ਜਿਹੜੇ ਰੰਗ ਚੜਾਉਂਦੇ ਆ ਨਾ, ਜਿਹੜੇ ਵਾਕਈ ਮਿਹਰ ਕਰਦੇ ਆ, ਉਹ ਕਿਰਪਾ ਤੁਹਾਡੀ ਇੰਟਰਨਲੀ ਐਕਟੀਵੇਸ਼ਨ ਦੀ ਹੋ ਸਕਦੀ ਹੈ, ਉਹ ਦੂਜੀ ਕੋਈ ਹੋਰ ਨਹੀਂ ਹੈ। ਕਿਉਂਕਿ ਰੱਬ ਦਾ ਫਕੀਰ ਭੁੱਲੇ ਹੋਏ ਨੂੰ ਰਸਤਾ ਦੱਸ ਸਕਦਾ ਹੈ। ਜੇ ਕੋਈ ਕਹਿੰਦਾ ਨਾ ਕਿ ਮੇਰੀ ਕਿਰਪਾ ਨਾਲ ਮੁੰਡਾ ਹੋ ਜੂ, ਮੇਰੀ ਕਿਰਪਾ ਨਾਲ ਬਿਜ਼ਨਸ ਸੈੱਟ ਹੋ ਜੂ, ਖੜਿਆ ਚੱਲ ਪੂ, ਉਹ ਬਾਬਾ ਇਹ ਵਿਹਲਿਆਂ ਦੀਆਂ ਬਾਤਾਂ ਹੈ। ਇਹ ਬਾਬਿਆਂ ਦੀ ਬਾਣੀ ਵੀ, ਭਗਵਤ ਗੀਤਾ ਦੇ ਸ਼ਲੋਕ ਵੀ ਅਤੇ ਕੁਰਾਨ ਦੀਆਂ ਨਾਇਤਾਂ ਵੀ ਇਹੀ ਕਹਿੰਦੀਆਂ, ਦੱਦਾ ਦਾਤਾ ਇੱਕ ਹੈ, ਇੱਕੋ ਹੀ ਆ ਉਹ ਜਿਹੜਾ ਸਭ ਨੂੰ ਦਿੰਦਾ ਹੈ। ਰੱਬ ਦੇ ਫਕੀਰ ਬਾਬੇ ਲੋਕ, ਇਹ ਤਾਂ ਸਾਨੂੰ ਭੁੱਲਿਆਂ ਨੂੰ ਰਸਤੇ ਪਾਉਣ ਆਏ ਹੈ, ਰਸਤੇ ਪਾਉਣ ਆਏ ਹੈ। ਸੋ ਆ ਜੋ ਅਗਲਾ, ਇਹ ਛੱਲਾ ਨੌ ਨੌ ਖੇਵੇ, ਪੁੱਤਰ ਮਿੱਠੜੇ ਮੇਵੇ, ਅਤੇ ਰੱਬ ਧੀਆਂ ਸਭ ਨੂੰ ਦੇਵੇ ਵੇ ਗੱਲ ਸੁਣ ਛੱਲਿਆ, ਕਾਵਾਂ ਵੇ ਮਾਵਾਂ ਠੰਡੀਆਂ ਛਾਵਾਂ। ਇਹ ਲੋਕ ਗੀਤ ਹੈ ਛੱਲਾ, ਛੱਲਾ ਗਾਉਣਿਆਂ ਨਾਲ ਮਿੱਠੀ ਮਿੱਠੀ ਲੋਰ 'ਤੇ ਉਸ ਤੋਂ ਪਹਿਲਾਂ ਇੱਕ ਗੀਤ ਹੋਰ ਤੁਹਾਡੀ ਨਜ਼ਰ ਕਰਨ ਲੱਗਿਆਂ, ਗੌਰ ਕਰਿਓ, ਸਾਡੀ ਜ਼ਿੰਦਗੀ ਦੀ ਕਹਾਣੀ ਆ ਉਹ ਗੀਤ, ਉਹ ਮੇਰੀ ਵੀ ਕਹਾਣੀ ਹੈ, ਉਹ ਤੇਰੀ ਵੀ ਕਹਾਣੀ ਹੈ, ਸਭ ਦੀ ਕਹਾਣੀ ਆ ਉਹ ਪੇਸ਼ ਕਰਨ ਲੱਗਿਆਂ। ਮੈਨੂੰ ਟਾਈਮ ਜ਼ਰੂਰ ਦੱਸ ਦਿਓ ਕਦੋਂ ਤੱਕ ਗਾਉਣਾ ਹੈ, ਕਿਉਂਕਿ ਮੈਂ ਪੰਜਾਬ 'ਚੋਂ ਬਠਿੰਡੇ ਤੋਂ ਹੈ, ਅਸੀਂ ਡੀਜ਼ਲ ਇੰਜਨਾਂ ਵਰਗੇ ਹੈ, ਅੱਧੇ ਘੰਟੇ 'ਚ ਗਰਮ ਹੁੰਦੇ ਹਾਂ ਜੀ। ਜੀ ਬਸ ਮਿਹਰਬਾਨੀ ਕਰਿਓ ਕਿ ਜਿੰਨਾ ਵੱਧ ਤੋਂ ਵੱਧ ਗਵਾ ਸਕਦੇ ਹੋ ਮੇਰੇ 'ਤੇ ਕਿਰਪਾ ਕਰ ਦਿਓ।
ਕਿਉਂਕਿ ਆਹ ਸੋਹਣੇ ਸੋਹਣੇ ਮੁਖੜੇ ਇਹ ਵਾਰ ਵਾਰ ਨਹੀਂ ਦਿੰਦੇ, ਫਿਰ ਪਤਾ ਨਹੀਂ ਕਦੋਂ ਗੇੜੇ ਵੱਜਣੇ ਆ ਜਾਂ ਕਿਤੇ ਮੈਂ ਹੀ ਮਰ ਖੱਪ ਜਾਵਾਂ। ਤਾਂ ਬਾ ਉਹਨਾਂ ਜ਼ਰੂਰ ਕਰ ਦਿਓ ਤੁਸੀਂ ਪਲੀਜ਼, ਕਿ ਗਾਉਣ ਵਾਲਾ ਕਹਿੰਦਾ ਹੁੰਦਾ ਵੀ ਛੇਤੀ ਛੇਤੀ ਗਾ ਕੇ ਨਿਕਲ ਜਾਓ, ਮੈਨੂੰ ਐਂ ਲੱਗਦਾ ਹੁੰਦਾ ਵੀ ਤੜਕੇ ਦੇ 4 ਵਜਾਈਏ ਵੀ। ਆਹ ਕਰਮਾਂ ਨਾਲ ਮਿਲਦਾ ਹੈ, ਕਰਮਾਂ ਨਾਲ ਮਿਲਦਾ ਹੈ ਕਿ ਜਿੱਥੇ ਸੰਗੀਤ ਹੋਵੇ ਪਰ ਸੰਗੀਤ ਹੋਵੇ ਜਿਹੜਾ ਆਪਦੇ ਨਾਲ ਗੱਲਾਂ ਕਰਨ ਲਈ ਮਜਬੂਰ ਕਰਦੇ, ਕਿ ਗੱਲ ਕਰਨੀ ਹੈ ਤਾਂ ਆਪਦੇ ਨਾਲ ਕਰ। ਸਾਰਾ ਦਿਨ ਫੇਸਬੁੱਕ ਇੰਸਟਾ 'ਤੇ ਦੁਨੀਆਂ ਨਾਲ ਗੱਲਾਂ ਕਿਉਂ ਕਰਦਾ ਫਿਰਦਾ ਹੈ? ਸੂਰਮਾ ਤਾਂ ਹੈ ਜੇ ਆਪਦੇ ਨਾਲ ਗੱਲ ਕਰਕੇ ਦਿਖਾਵੇ। ਇਹ ਦੁਨੀਆਂ ਦਾ ਦਸਤੂਰ ਹੈ। ਦੂਜਿਆਂ ਬਾਰੇ ਜਾਣਨਾ ਹੋਵੇ ਤਾਂ ਮੇਰੇ ਕੋਲ ਪੂਰੀ ਕਿਤਾਬ ਹੈ, ਮੈਂ ਬੋਲਦਾ ਰਹੂੰ ਹੁਣੇ ਐਂ ਕੀਤਾ ਉਹ ਆਏ ਆ ਹੁਣੇ ਐਂ। ਜਿੱਦੇ ਮੈਨੂੰ ਕਹਿੰਦਾ ਕਮਰ ਗਰੇਵਾਲ ਸਿਆ ਤੂੰ ਆਪਣੇ ਆਪ ਬਾਰੇ ਬੋਲ, ਮੈਂ ਸਿਰਫ ਇੰਨਾ ਹੀ ਬੋਲ ਸਕਦਾ ਕਿ ਮੇਰਾ ਨਾਮ ਕਮਰ ਗਰੇਵਾਲ ਹੈ, ਮੇਰੇ ਫਾਦਰ ਦਾ ਨਾਮ ਆ ਹੈ, ਮੇਰਾ ਆਹ ਪਿੰਡ ਹੈ, ਮੈਂ ਇੰਨਾ ਕੁ ਪੜ੍ਹਿਆ ਅਤੇ ਆਹ ਮੇਰੇ ਗੀਤ ਹੈ। ਇਸ ਤੋਂ ਬਾਅਦ ਮੈਥੋਂ ਨਹੀਂ ਬੋਲਿਆ ਜਾਣਾ, ਕਿਉਂਕਿ ਜੋ ਐਕਚੁਅਲ 'ਚ ਮੈਂ ਅੰਦਰੋਂ ਹਾਂ ਉਹ ਜਾਂ ਮੈਂ ਜਾਣਦਾ ਜਾਂ ਮੇਰਾ ਰੱਬ ਜਾਣਦਾ ਹੈ। ਦੁਨੀਆਂ ਸਾਹਮਣੇ ਤਾਂ ਅਸੀਂ ਡਰਾਮੇਬਾਜ਼ ਲੋਕ ਹੈ, ਅਸੀਂ ਐਕਟ ਕਰਦੇ ਹਾਂ ਇੱਕ ਟਾਈਮ ਲਈ ਅਤੇ ਬੜੇ ਬੜੇ ਭਲੇ ਮਾਨਸ ਜੇ ਬਣਾ ਕੇ ਦਿਖਾ ਦਿੰਦੇ ਹਾਂ ਦੁਨੀਆਂ ਨੂੰ ਕਿ ਅਸੀਂ ਤਾਂ ਯਾਰ ਬੜੇ ਹੰਬਲ ਜੇ ਬੰਦੇ ਹਾਂ, ਸਾਡੇ 'ਚ ਤਾਂ ਗੁਆ, ਪਰ ਅੰਦਰੋਂ ਜਦੋਂ ਆਪਦੇ ਆਪਣਾ ਗੱਲ ਕਰੀਦੀ ਆ ਮੇਰੇ ਵਰਗਾ ਹੰਕਾਰੀ ਮੈਨੂੰ ਦਿਸਦਾ ਹੀ ਨਹੀਂ ਕੋਈ, ਇੰਨਾ ਇੰਨਾ ਅੰਦਰੋਂ ਭਰਿਆ ਪਿਆ। ਇਹ ਪਰਦੇ ਚੱਕਣੇ ਪੈਣਗੇ, ਡਾਕਟਰ ਨੂੰ ਕਹਿਣਾ ਪਊ ਕਿ ਬਿਮਾਰ ਹਾਂ ਮੈਂ, ਮੈਨੂੰ ਕੋਈ ਮੈਡੀਸਨ ਦੇ। ਜਦੋਂ ਤੱਕ ਪਰਦੇ ਪਾਉਂਦਾ ਰਹੇਗਾ ਨਾ ਆਪਣੇ ਆਪ 'ਤੇ ਕਿ ਆਈ ਐਮ ਦਾ ਬੈਸਟ, ਕਿ ਮੇਰੇ ਵਰਗਾ ਤਾਂ ਕੋਈ ਹੈ ਹੀ ਨਹੀਂ, ਖਾਲੀ ਆਇਆ ਸੀ ਖਾਲੀ ਹੋ ਜਾਏਗਾ। ਇਸੇ ਗੱਲ ਨਾਲ ਜੁੜਦਾ ਗੀਤ ਹੈ, ਗੀਤਾਂ ਦਾ ਵਾਂ ਗੱਠੜੀ ਗੱਠੜੀ। ਅਮੀਰ ਲੋਕ ਬੈਠੇ ਆ, ਪੈਸੇ ਵਾਲੇ ਹਸਤੀਆਂ ਵਾਲੇ ਲੋਕ ਬੈਠੇ ਆ। ਜਦੋਂ ਇਹ ਸਾਰੀ ਜਰਨੀ 'ਚੋਂ ਬੰਦਾ ਨਿਕਲਦਾ ਨਾ, ਆਖਰੀ ਵੇਲੇ ਉਹਦਾ ਬੁਲਾਵਾ ਆ ਜਾਂਦਾ ਕਿ ਚੱਲ ਚੱਲੀਏ, ਲੈਟ ਅਸ ਗੋ ਫਾਰ ਅ ਬਿਊਟੀਫੁਲ ਜਰਨੀ। ਜਦੋਂ ਰੱਬ ਬੋਲਦਾ ਹੈ ਉਸ ਵੇਲੇ ਫਿਰ ਉਹ ਬੰਦਾ ਜਿਹੜਾ ਇਸੇ ਦੌੜ 'ਚ ਲੱਗਿਆ ਵਾ ਵੀ ਮੈਂ ਆਹ ਕਰਨਾ, ਮੈਂ ਆਹ ਕਰਨਾ, ਮੈਂ ਆਹ ਕਰਨਾ, ਉਦੋਂ ਫਿਰ ਉਹ ਬੰਦਾ ਚੰਬੇ ਵਾਸੀਆਂ ਨੂੰ ਇੱਥੋਂ ਦੇ ਲੋਕਾਂ ਨੂੰ ਕੀ ਸੁਨੇਹਾ ਦੇ ਕੇ ਚੱਲਿਆ ਸੁਣ ਲਿਓ ਬਾਬਿਓ, ਛੋਟੇ ਵੀ ਸੁਣ ਲਿਓ ਵੱਡੇ ਵੀ ਸੁਣ ਲਿਓ, ਅਤੇ ਕੋਸ਼ਿਸ਼ ਮੈਂ ਵੀ ਕਰੂੰਗਾ ਕਿ ਮੈਨੂੰ ਵੀ ਸੁਣ ਜੇ। ਤਾਂ ਕੀ ਕਹਿ ਕੇ ਚੱਲਿਆ ਉਹ ਅਮੀਰ ਬੰਦਾ ਚੰਬੇ ਦਾ? ਉਹ ਕਹਿੰਦਾ ਪਤਾ ਮੈਥੋਂ ਕੀ ਗਲਤੀ ਹੋ ਗਈ, ਪਤਾ ਮੈਥੋਂ ਕੀ ਗਲਤੀ ਹੋ ਗਈ, ਲੈ ਭਾਈ ਤੂੰ ਵੀ ਸੁਣਨ ਜਾਣਾ, ਮੈਂ ਉਹਦੀਆਂ ਗੱਠੜੀਆਂ ਬੰਨ ਬੈਠਾ ਉਹ ਜਿਹੜਾ ਨਾਲ ਨਹੀਂ ਜਾਣਾ, ਮੈਂ ਉਹਦੀਆਂ ਵੇ ਗੱਠੜੀਆਂ ਬੰਨ ਬੈਠਾ ਉਹ ਜਿਹੜਾ ਨਾਲ ਨਹੀਂ ਜਾਣਾ, ਮੈਂ 100 ਵੀ ਜੋੜਿਆ ਲੱਖ ਵੀ ਜੋੜਿਆ ਜੋੜ ਤੇ ਕਈ ਕਰੋੜ ਲਏ, ਮੈਂ ਬੜਾ ਜੋੜਿਆ, ਮੈਂ 100 ਵੀ ਜੋੜਿਆ ਲੱਖ ਵੀ ਜੋੜਿਆ ਜੋੜ ਤੇ ਕਈ ਕਰੋੜ ਲਏ, ਇਹ ਦੁਨੀਆਂ ਵਿੱਚ ਤੇ ਕਈ ਥਾਂ ਜੁੜ ਗਿਆ ਪਰ ਅੰਦਰੋਂ ਨਾਤੇ ਤੋੜ ਲਏ, ਇਹ ਦੁਨੀਆਂ ਵਿੱਚ ਤੇ ਕਈ ਥਾਂ ਜੁੜ ਗਿਆ ਪਰ ਮੈਂ ਅੰਦਰੋਂ ਨਾਤੇ ਤੋੜ ਲਏ, ਭੱਜਦਾ ਭੱਜਦਾ ਭੁੱਲ ਮੈਂ ਬੈਠਾ, ਕਿਉਂਕਿ ਜਦੋਂ ਮੈਂ ਦੌੜ ਸੀ ਨਾ ਮੈਂ ਭੁੱਲ ਗਿਆ, ਮੈਂ ਭੁੱਲ ਗਿਆ ਮੈਂ ਕਿੱਥੋਂ ਆਇਆ, ਮੈਂ ਇੱਥੇ ਕੀ ਕਰਨ ਆਇਆ ਅਤੇ ਜਾਣਾ ਕਿੱਥੇ ਹੈ। ਕਿਉਂਕਿ ਮੈਨੂੰ ਮੇਰੇ ਦੋਸਤ ਵੀ ਇੱਦਾਂ ਦੇ ਮਿਲੇ ਜਿਹੜੇ ਕਹਿੰਦੇ ਸੀ ਕਮ ਔਨ ਕੁਛ ਕਰਕੇ ਦਿਖਾਉਣਾ, ਆਪਾਂ ਜੇ ਕਰਨਾ ਆਪਾਂ ਉਹ ਕਰਨਾ ਹੈ, ਇੱਦਾਂ ਨਾ ਹੋਇਆ ਆਪਾਂ ਇੱਦਾਂ ਕਰਾਂਗੇ, ਬੜੇ ਮਿਲਦੇ ਆ। ਕੋਈ ਕਰਮਾਂ ਵਾਲਾ ਜੀ ਨੂੰ ਮਿਲ ਗਿਆ ਕਿ ਸੰਭਲ ਕੇ ਚੱਲੀ ਸੰਭਲ ਕੇ ਚੱਲੀ, ਉਹੀ ਗਾਥਾ ਉਹ ਅਮੀਰ ਬੰਦਾ ਗਾਉਂਦਾ ਹੈ ਕਿ ਭੱਜਦਾ ਭੱਜਦਾ ਭੁੱਲ ਮੈਂ ਬੈਠਾ ਓਏ ਉਹਨੇ ਦੋ ਦੇਣਾ ਉਹੀ ਉਹ ਖਾਣਾ, ਮੈਂ ਉਹਦੀਆਂ ਗੱਠੜੀਆਂ ਬੰਨ ਬੈਠਾ ਉਹ ਜਿਹੜਾ ਨਾਲ ਨਹੀਂ ਜਾਣਾ, ਮੈਂ ਉਹਦੀਆਂ ਉਹ ਗੱਠੜੀਆਂ ਬੰਨ ਬੈਠਾ। ਆਖਰੀ ਬੋਲ ਆ ਗਈ ਚਿੱਠੀ ਆਵਾਜ਼ ਪੈ ਗਈ, ਆ ਗਈ ਚਿੱਠੀ ਆਵਾਜ਼ ਪੈ ਗਈ, ਮੈਂ ਰੋ ਰੋ ਕਰੀ ਤਿਆਰੀ ਮਰਨੇ ਕੋ ਦਿਲ ਥੋੜ੍ਹਾ ਹੀ ਕਰਤਾ ਹੈ, ਜੇ ਤੋ
जब आती है तो उस समय कुरलाता है, हाय मेरी माँ, हाय भगवान। आगी चिट्ठी आवाज पै गई, मैं रो रो करी तैयारी, बन्नी गठड़ी मैं चुकन लगा, बन्नी गठड़ी मैं चुकन लगा, उन्हें परे वगा के मारी, बन्नी गठड़ी मैं चुकन लगा, उन्हें परे वगा के मारी। हुण जड़ी गठड़ी उन्हें वगा के मारती भी नाल नहीं जानी, उहदे विच केड़ियां केड़ियां चीज़ां सी ध्यान दिओ। गठड़ी विच परिवार सी मेरा, बहुत वड्डा घर बार सी मेरा, गठड़ी विच परिवार सी मेरा, बहुत वड्डा घर बार सी मेरा, ओ कला कला यार सी मेरा, सच जाणियो संसार सी मेरा, सारा कुछ ही रह गया। भुल बैठा सी मैं मौत दे वेले, भुल बैठा सी मैं मौत दे वेले, ओ मैनू इन्ना ही ना भुलाना, मैं ओदियां गठड़ियां बन बैठा, ओ जरा नाल नहीं जाना, मैं ओदियां गठड़ियां बन बैठा, ओ जरा नाल नहीं जाना, जड़ा तेरे नाल नहीं जाना, जड़ा मेरे नाल नहीं जाना, जड़ा इन्ना चो किसे दे भी नाल नहीं जाना, नाल जानी है नाम दी कमाई, ओ
ਅੱਧੀ ਰਾਤੀ ਪੈਂਦਾ ਅੱਧੀ ਰਾਤੀ ਬੈਠੇ ਰਹੋ ਬਾਬਾ ਬੈਠੇ ਰਹੋ ਪਲੀਜ਼ ਪਲੀਜ਼ ਕੋਈ ਉੱਠੋ ਨਾ ਪਲੀਜ਼ ਨੀ ਅੱਧੀ ਰਾਤੀ ਪੈਂਦਾ ਆਸ਼ਕਾਂ ਦੇ ਵੇੜੇ ਨੀ ਆਸ਼ਕਾਂ ਦੇ ਵੇੜੇ ਉਹ ਕਿੱਦਾਂ ਤੇਰੇ ਇਸ਼ਕ ਦਾ ਅੱਧੀ ਰਾਤੀ ਪੈਂਦਾ ਆਸ਼ਕਾਂ ਦੇ ਵੇੜੇ ਉਹ ਕਿੱਦਾਂ ਤੇਰੇ ਇਸ਼ਕ ਦਾ ਅੱਧੀ ਰਾਤੀ ਪੈਂਦਾ ਆਸ਼ਕਾਂ ਦੇ ਵੇੜੇ ਉਹ ਕਿੱਦਾਂ ਤੇਰੇ ਇਸ਼ਕ ਤਾਰ ਤੂੰਬੇ ਵਾਲੀ ਬਾਬਾ ਜਦੋਂ ਛੇੜੇ ਨੀ ਤਾਰ ਤੂੰਬੇ ਵਾਲੀ ਬਾਬਾ ਜਦੋਂ ਛੇੜੇ ਨੀ ਤਾਰ ਤੂੰਬੇ ਵਾਲੀ ਬਾਬਾ ਜਦੋਂ ਛੇੜੇ ਤਾਰ ਤੂੰਬੇ ਵਾਲੀ ਬਾਬਾ ਜਦੋਂ ਛੇੜੇ ਉਹ ਕਿੱਦਾਂ ਤੇਰੇ ਇਸ਼ਕ ਦਾ ਅੱਧੀ ਰਾਤੀ ਪੈਂਦਾ ਆਸ਼ਕਾਂ ਦੇ ਵੇੜੇ ਉਹ ਕਿੱਦਾਂ ਤੇਰੇ ਇਸ਼ਕ ਦਾ ਅੱਧੀ ਰਾਤੀ ਪੈਂਦਾ ਆਸ਼ਕਾਂ ਦੇ ਵੇੜੇ ਨੱਚੇ ਸੋਹਣਿਆ ਨੱਚੇ ਸੋਹਣਿਆ ਨੱਚੇ ਸੋਹਣਿਆ ਤੂੰ ਬੰਨ ਬੰਨ ਗੇੜੇ ਨੱਚੇ ਸੋਹਣਿਆ ਨੱਚੇ ਸੋਹਣਿਆ ਤੂੰ ਬੰਨ ਬੰਨ ਗੇੜੇ ਨੱਚੇ ਸੋਹਣਿਆ ਤੂੰ ਬੰਨ ਬੰਨ ਗੇੜੇ ਉਹ ਕਿੱਦਾਂ ਤੇਰੇ ਇਸ਼ਕ ਦਾ ਅੱਧੀ ਰਾਤੀ ਪੈਂਦਾ ਆਸ਼ਕਾਂ ਦੇ ਵੇੜੇ ਨੱਚੇ ਸੋਹਣਿਆ ਤੂੰ ਬੰਨ ਬੰਨ ਗੇੜੇ ਵੇ ਨੱਚੇ ਸੋਹਣਿਆ ਉਹ ਤੂੰ ਬੰਨ ਬੰਨ ਗੇੜੇ ਨੱਚੇ ਸੋਹਣਿਆ ਤੂੰ ਬੰਨ ਬੰਨ ਗੇੜੇ ਉਹ ਕਿੱਦਾਂ ਤੇਰੇ ਇਸ਼ਕ ਦਾ ਅੱਧੀ ਰਾਤੀ ਪੈਂਦਾ ਆਸ਼ਕਾਂ ਦੇ ਵੇੜੇ ਉਹ ਕਿੱਦਾਂ ਤੇਰੇ ਇਸ਼ਕ ਦਾ ਅੱਧੀ ਰਾਤੀ ਪੈਂਦਾ ਆਸ਼ਕਾਂ ਦੇ ਵੇੜੇ ਛੱਲਾ ਦੁਨੀਆ ਇਹ ਛੱਲਾ ਦਰਬਾਰ ਵੇ ਸਜਦਾ ਤੂੰਬਾ ਮੀਰਾ ਦਾ ਵੱਜਦਾ ਛੱਲਾ ਦਰਬਾਰ ਵੇ ਸਜਦਾ ਤੂੰਬਾ ਮੀਰਾ ਦਾ ਵੱਜਦਾ ਛੱਲਾ
ਅੱਲਾ ਦਰਬਾਰ ਵੇ ਸਜਦਾ ਵੇ ਤੂੰ ਬਾ ਮੀਰਾ ਨਵਜਦਾ ਵੇ ਤੂੰ ਬਾ ਬੇਬੇ ਨਵਜਦਾ ਵੇ ਤੂੰ ਬਾ ਬੇਬੇ ਨਵਜਦਾ ਵੇ ਤੁਰ ਦਰਗਾਹੀ ਗੱਜਦਾ ਵੇ ਤੁਰ ਦਰਗਾਹੀ ਗੱਜਦਾ ਵੇ ਮੇਰੇ ਪਰਦੇ ਗੱਜਦਾ ਵੇ ਮੇਰੇ ਪਰਦੇ ਗੱਜਦਾ ਵੇ ਮੇਰੇ ਪਰਦੇ ਗੱਜਦਾ ਤੇ ਗੱਲ ਸੁਣ ਛੱਲਿਆ ਖੜ ਕੇ ਪਹਿਲਾਂ ਜੋ ਝੋਲੀਆਂ ਭਰ ਕੇ ਸਾਰਿਆਂ ਦਾ ਰਾਮ ਆਵੇ। ਔਰ ਇਸ ਮੂਰਖ ਬੰਦੇ ਲਈ ਤੁਸੀਂ ਅਰਦਾਸ ਕਰਦੇ ਹੋ ਕਿ ਮੇਰਾ ਰਾਮ ਵੀ ਆ ਜਾਏ। ਮੇਰਾ ਔਖਾ ਹੋਇਆ ਪਿਆ, ਇਹ ਦੁਨੀਆਂ ਦੀ ਭੀੜ 'ਚ ਗਵਾਚ ਗਿਆ ਮੈਂ, ਇਸ ਕਰਕੇ ਤੁਹਾਡੀਆਂ ਅਰਦਾਸਾਂ ਵੀ ਲੱਗਣਗੀਆਂ। ਜ਼ਰੂਰ ਕਹਿ ਦਿਓ ਇੱਕ ਵਾਰੀ ਦਿਲ 'ਚੋਂ, ਆਹ ਵੇਖਣ ਨੂੰ ਹੀ ਸੋਹਣਾ ਲੱਗਦਾ ਹੈ, ਵੇਖਣ ਨੂੰ ਲੱਗਦਾ ਕਿ ਸੈਲੀਬ੍ਰਿਟੀ ਹੈ, ਪਰ ਜਿੰਨੇ ਅੰਦਰੋਂ ਅਸੀਂ ਡਿਸਟਰਬ ਹੈ, ਗਾਉਣ ਵਾਲੇ, ਵਜਾਉਣ ਵਾਲੇ, ਫਿਲਮਾਂ ਬਣਾਉਣ ਵਾਲੇ, ਅਹੁਦਿਆਂ ਵਾਲੇ, ਜਿੰਨੀ ਵੱਡੀ ਦੁਨੀਆ ਹੈ, ਜਿੰਨਾ ਵੱਡਾ ਸਰਕਲ ਹੈ, ਓਨੇ ਹੀ ਵੱਡੇ ਪੰਗੇ ਹੈ, ਓਨਾ ਹੀ ਰਸ਼ ਹੈ ਇੱਥੇ, ਓਨਾ ਹੀ ਰਸ਼ ਹੈ ਇੱਥੇ। ਨਾਸਾ ਵਾਲੇ ਖੋਜਾਂ ਕਰ ਦੱਸ ਰਹੇ ਹੈ ਅੱਜ ਦਾ ਕਾਮਨ ਮੈਨ 2% ਐਕਟੀਵੇਟ ਹੈ, 98% ਬਲੌਕ ਪਏ ਹੈ। ਵਟਸ ਦਾ ਰੀਜ਼ਨ? ਇਹ ਮੈਨੂੰ ਲੱਗਦਾ ਇਹ ਜ਼ਿੰਦਗੀ ਦਾ ਸਭ ਤੋਂ ਵੱਡਾ ਸਵਾਲ ਹੈ ਕਿ ਜਿਹੜਾ 98% ਮੈਂ ਬਲੌਕ ਪਿਆ ਹੈ, ਇਹੋ ਜਿਹਾ ਮੈਂ ਕੀ ਕੀਤਾ ਕਿ ਮੈਂ ਬਲੌਕ ਹੋ ਗਿਆ। ਜਿਨ੍ਹਾਂ ਨੂੰ ਅਸੀਂ ਪੂਜਦੇ ਹਾਂ, ਜਿਨ੍ਹਾਂ ਨੂੰ ਮੱਥੇ ਟੇਕਦੇ ਹਾਂ, ਜਿਨ੍ਹਾਂ ਵਰਗਾ ਬਣਨ ਨੂੰ ਸਾਡਾ ਜੀ ਕਰਦਾ ਹੈ, ਉਹਨਾਂ ਕੋਲ ਉਹੀ 100% ਐਕਟੀਵੇਸ਼ਨ ਸੀ। ਉਹੀ ਸੀ ਉਹਨਾਂ ਕੋਲ, ਬਾਕੀ ਤਾਂ ਬਾਬਾ ਰਾਮ ਇੱਕ ਦਿਨ ਆਉਣਗੇ ਮੇਰੇ ਦੁਆਰੇ। ਛੱਲਾ ਦਰਬਾਰ ਵੇ ਸੱਜਦਾ ਵੇ ਤੂੰ ਬਾ ਮੀਰਾ ਨਵਜਦਾ ਵੇ ਤੁਰ ਦਰਗਾਹੀ ਗੱਜਦਾ ਵੇ ਮੇਰੇ ਪਰਦੇ ਗੱਜਦਾ ਤੇ ਗੱਲ ਸੁਣ ਛੱਲਿਆ ਖੜ ਕੇ ਪਹਿਲਾਂ ਜੋ ਝੋਲੀਆਂ ਭਰ ਕੇ ਝੋਲੀਆਂ ਭਰ ਕੇ ਵੇ ਲੈ ਜੋ ਝੋਲੀਆਂ 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 ਭਰ ਕੇ ਹੋ
ਚੱਲੂਗੀ ਨਾਲ ਤੇਰੇ ਵੇ ਟਿਕਟਾਂ ਉਹ ਗਾਉਣੇ ਹੁਣ ਜਿੱਥੇ ਚੱਲੇਗਾ ਚੱਲੂਗੀ ਨਾਲ ਤੇਰੇ ਨਾਲ ਚੱਲ ਹਾਂਜੀ ਹਾਂ ਇੱਕ ਹੋਰ ਗਾਉਣੇ ਆ ਭਾਈ ਗਾਉਣੇ ਜਿੱਥੇ ਚੱਲੇ ਹਾਂਜੀ ਜੀ ਜੀ 11 ਮਿੰਟ ਆਈ ਹੈਵ ਅ ਲੋਟ ਆਫ ਟਾਈਮ ਬ੍ਰੋ I have a lot of time. 11 jithe chalega chalungi naal tere pehla gaana de baba lal fikiran di vi gaane ded kar li ded ਜਿੱਥੇ ਚੱਲੇਗਾ ਚੱਲੂਗੀ ਨਾਲ ਤੇਰੇ ਆ ਜਿਹੜੇ ਛੜੇ ਮੇਰੇ ਭਰਾ ਤੁਹਾਡੇ ਲਈ ਇੱਕ ਬੋਲੀ ਹੈ ਲੋਕ ਬੋਲੀ ਹੈ ਕੀ ਕਹਿੰਦੇ ਇਹਨਾਂ ਛੜਿਆਂ ਨੂੰ ਕਹਿੰਦੇ ਖੇਡਾਂ ਖੇਡ ਕੇ ਫਕੀਰ ਸੱਪੇ ਨਾਲ ਦੇ ਅਸੀਂ ਆਪ ਨੀ ਗਵਾਚੇ ਕਿੱਥੋਂ ਭਾਲਦੇ ਖੇਡਾਂ ਖੇਡ ਗਏ ਫਕੀਰ ਸੱਪੇ ਨਾਲ ਦੇ ਅਸੀਂ ਆਪ ਨੀ ਗਵਾਚੇ ਕਿੱਥੋਂ ਭਾਲਦੇ ਅਸੀਂ ਆਪ ਨੀ ਗਵਾਚੇ ਕਿੱਥੋਂ ਭਾਲਦੇ ਤਾਈਓ ਅਸੀਂ ਹੱਥ ਹੀ ਮਲੇ ਉਹ ਯਾਰਾਂ ਵਾਲੀਆਂ ਦੇ ਪੱਕਣ ਪਰੌਂਠੇ ਤੇ ਛੜਿਆਂ ਦੀ ਅੱਗ ਨਾ ਬਲੇ ਯਾਰਾਂ ਵਾਲੀਆਂ ਦੇ ਪੱਕਣ ਪਰੌਂਠੇ ਉਹ ਛੜਿਆਂ ਦੀ ਇਹਨਾਂ ਛੜਿਆਂ ਦੀ ਅਜੇ ਅੱਗ ਨਾ ਬਲੇ ਆ ਜਾਓ ਜਿੱਥੇ ਚੱਲੇਗਾ ਆ ਜਾ ਛੇੜ ਵੀ ਮਿੱਤਰਾ ਕਰ ਗਈ ਪਰ ਕਸੀ ਗਿਰ ਗਈ
काम ही कर गई, आ गया ऐसी लगाए मजा आ गया, मेरे रश के कमल तून पहली, मेरे रश के कमल तून पहली नजर, जब नजर से मिलाए मजा आ गया, जब नजर से मिलाए मजा आ गया, वनिजा वनिजा निजा वनिजा गरे मंगा रे Baba ni 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 da 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 pa 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 ga 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 ma ma pa pa da da ni ni da 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 ni 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 da ni da 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 ni 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 da ni da 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 ni 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 da ni da 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 ya ja papa vajarindi mardi aitir di chhad gall dass os paar di आजा बाबा बच्चा रहती है इधर दी छड़ गल दस उस पार दी बच्चा गल मुक्कनी मुक्कनी गल मुक्कनी मुक्कनी आके घरे तेरे बैठ टकटां दो जित्थे चलेगा चलूंगी नाल तेरे वा जित्थे चलेगा चलूंगी नाल तेरे वा जित्थे चलेगा चलूंगी नाल तेरे बैठ टकटां तोला नहीं Thank you.
ਮਸੀਤਾਂ ਵਿੱਚ ਬੜਾ ਤੈਨੂੰ ਟੋਲਿਆ ਮੰਦਰਾਂ ਮਸੀਤਾਂ ਵਿੱਚ ਬੜਾ ਤੈਨੂੰ ਟੋਲਿਆ ਜਿੱਥੋਂ ਆਵਾਜ਼ ਮਾਰੀ ਉੱਥੋਂ ਕੋਈ ਵੀ ਨਾ ਬੋਲਿਆ ਮੰਦਰਾਂ ਮਸੀਤਾਂ ਵਿੱਚ ਬੜਾ ਤੈਨੂੰ ਜਿੱਥੋਂ ਆਵਾਜ਼ ਮਾਰੀ ਉੱਥੋਂ ਕੋਈ ਵੀ ਨਾ ਤੂੰ ਤਾਂ ਲੱਭਿਆ ਤੂੰ ਤਾਂ ਲੱਭਿਆ ਤੂੰ ਤਾਂ ਲੱਭਿਆ 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 ਗਵਾਂਢੋ ਮੇਰੇ ਵੇ ਟਿਕਟਾਂ ਦੋ ਜਿੱਥੇ ਚੱਲੇਗਾ ਚੱਲੂਗੀ ਨਾਲ ਤੇਰੇ ਵੇ ਜਿੱਥੇ ਚੱਲੇਗਾ ਚੱਲੂਗੀ ਨਾਲ ਤੇਰੇ ਵੇ ਚੱਲੇਗਾ ਚੱਲੂਗੀ ਨਾਲ ਤੇ ਗੁਰਦੇਵ ਤੁਹਾਰੀ ਜੈ ਹੋਵੇ ਗੁਰਦੇਵ ਤੁਹਾਰੀ ਜੈ ਹੋਵੇ ਗੁਰਦੇਵ ਤੁਹਾਰੀ ਜੈ ਹੋਵੇ ਡੁੱਬਦਿਆਂ ਨੂੰ ਤਾਰਨ ਵਾਲਿਆ ਸਾਡੀ ਬਾਂਹ ਪਕੜਨੇ ਵਾਲਿਆ ਸੁਰਤਾਲ ਬਖਸ਼ਣੇ ਵਾਲਿਆ ਸੁੱਚੇ ਸ਼ਬਦ ਬਖਸ਼ਣੇ ਵਾਲਿਆ ਤੇਰੀ ਜੈ ਹੋਵੇ ਜੈ ਹੋਵੇ ਨੀ ਬੇਬੇ ਜੈ ਹੋਵੇ ਜੈ ਹੋਵੇ ਨੀ ਬੇਬੇ ਜੈ ਹੋਵੇ ਜੈ ਹੋਵੇ ਨੀ ਬੇਬੇ ਨੀ ਜੈ ਹੋਵੇ ਨੀ ਬੇਬੇ ਨੀ ਜੈ ਹੋਵੇ ਨੀ ਬੇਬੇ ਨੀ ਜੈ ਹੋਵੇ ਨੀ ਬੇਬੇ ਜੈ ਉਹਦੀ ਜੈ ਉਹਦੀ ਦਾ ਉਹਦੀ ਦਾਈ ਸਦਾਈ ਸਦਾਈ ਜੈ ਹੋ ਚੰਗਾ ਵੀ ਸੱਜਣੋ ਇੰਨੀਆਂ ਹਾਜ਼ਰੀਆਂ ਕਰੋ ਕਬੂਲ ਸਭ ਅਫਸਰਾਂ ਦਾ ਮੇਰੀਆਂ ਬਾਵਾਂ ਦਾ ਭੈਣਾਂ ਦਾ ਬਜ਼ੁਰਗਾਂ ਦਾ ਭਰਾਵਾਂ ਦਾ ਛੋਟੇ ਬੱਚਿਆਂ ਦਾ ਸਾਰੇ ਸਾਡੇ ਪੁਲਿਸ ਆਫਿਸਰ ਸਾਹਿਬਾਨ ਔਰ ਹੋਰ ਜਿੰਨੇ ਵੀ ਇੱਥੋਂ ਦੇ ਮਿਹਨਤ ਕਰਨ ਵਾਲੇ ਕੰਮ ਕਰਨ ਵਾਲੇ ਸਾਰੇ ਸੱਜਣ ਖੰਨਾ ਸਾਹਿਬ ਦਾ ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿਉਂਦੇ ਵਾਸਤੇ ਰਹੋ ਰੱਬ ਖੁਸ਼ ਰੱਖੇ ਸਭ ਨੂੰ ਮੇਰੇ ਲਈ ਵੀ ਜ਼ਰੂਰ ਅਰਦਾਸ ਕਰ ਦਿਓ ਅਤੇ ਕੁਛ ਮੈਥੋਂ ਕੁਛ ਇਸ ਤਰ੍ਹਾਂ ਦਾ ਬੋਲਿਆ ਗਿਆ ਹੋਵੇ ਜੋ ਨਹੀਂ ਬੋਲਣਾ ਚਾਹੀਦਾ ਸੀ ਉਹਦੇ ਲਈ ਅਣਜਾਣ ਹੈ ਆਪਣਾ ਬੱਚਾ ਆਪਣਾ ਭਰਾ ਸਮਝ ਕੇ ਮਾਫ਼ ਕਰ ਦਿਓ ਮਾਲਕ ਸਾਰਿਆਂ ਨੂੰ ਚੜ੍ਹਦੀ ਕਲਾ 'ਚ ਰੱਖੇ ਜਿਉਂਦੇ ਰਹੇ ਕਦੇ ਫਿਰ ਮਿਲਾਂਗੇ ਇੱਥੋਂ ਦੇ ਸਾਰੇ ਸੱਜਣਾਂ ਦਾ ਡੀ ਸੀ ਸਾਹਿਬ ਦਾ ਔਰ ਉਹਨਾਂ ਦੇ ਸਾਰੇ ਜਿੰਨੇ ਵੀ ਪਿਆਰੇ ਮਿੱਤਰ ਜੋ ਰਲ ਮਿਲ ਕੇ ਇਹਨਾਂ ਸੰਸਕਾਰਾਂ ਨੂੰ ਚਲਾਉਂਦੇ ਹੈ ਸਾਰਿਆਂ ਲਈ ਮੇਰੇ ਵੱਲੋਂ ਬਹੁਤ ਬਹੁਤ ਪਿਆਰ ਔਰ ਸਤਿਕਾਰ ਜਿਉਂਦੇ ਰਹੇ ਕਦੇ ਫਿਰ ਮਿਲਾਂਗੇ ਅਤੇ ਭੁੱਲ ਚੁੱਕ ਦੀ ਮਾਫ਼ੀ ਰੱਬ ਰੱਖਾ